ਆਓ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਿਆ ਕਰਨ ਦੇ ਲਈ ਨਾਨਕ ਨਿਰੰਕਾਰੀ ਦੇ ਗੁਣ ਗਾ ਕਰਕੇ ਹਾਜ਼ਰੀ ਗੁਰੂ ਪਾਤਸ਼ਾਹ ਦੇ ਪਾਕ ਚਰਨਾਂ ਵਿੱਚ ਲਵਾਉਣਾ ਕਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੋਲ ਨੇ ਗੁਰੂ ਨਾਨਕ ਸਾਹਿਬ ਪ੍ਰਤੀ। ਮਹਾਰਾਜ ਕਹਿੰਦੇ ਨੇ ਗੁਰ ਨਾਨਕ ਨਾਨਕ ਹਰ ਸੋਏ। ਗੁਰੂ ਨਾਨਕ ਸਾਹਿਬ ਪਰਮਾਤਮਾ ਸਵਰੂਪ ਨੇ, ਲੋਕਾਈ ਦੇ ਭਲੇ ਲਈ ਦੁਨੀਆ 'ਤੇ ਆਏ ਨੇ ਔਰ ਉਹਨਾਂ ਦੀ ਅਜ਼ਮਤ, ਉਹਨਾਂ ਦੀ ਕਰਾਮਾਤ, ਉਹਨਾਂ ਦੀ ਬਰਕਤ ਇਤਨੀ ਕੁ ਮਹਾਨ ਹੈ ਵੀ ਰੂਹੇ ਜ਼ਮੀਨ 'ਤੇ ਕੋਈ ਦੂਸਰਾ ਗੁਰੂ ਨਾਨਕ ਦੇ ਤੁੱਲ ਪੈਦਾ ਨਹੀਂ ਹੋਇਆ। ਬਾਣੀ ਦਾ ਫੁਰਮਾਨ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ, ਤੇਰੀ ਸਭ 'ਤੇ ਵੱਡਾ ਸਤਿਗੁਰ ਨਾਨਕ ਜਿਨਕਲ ਰਾਖੀ। ਮੇਰੀ ਦਾ ਗ੍ਰੇਟੈਸਟ ਆਫ ਆਲ ਇਜ਼ ਸਤਿਗੁਰੂ ਨਾਨਕ। ਗੁਰੂ ਨਾਨਕ ਨਾਲੋਂ ਵੱਡਾ ਕੋਈ ਰਹਿਬਰ, ਕੋਈ ਮਹਾਂਪੁਰਸ਼ ਦੁਨੀਆ 'ਤੇ ਨਹੀਂ ਆਇਆ। ਗੁਰੂ ਨਾਨਕ ਸਭ ਤੋਂ ਵੱਡੇ ਨੇ। ਭਾਈ ਗੁਰਦਾਸ ਜੀ ਨੇ ਤਾਂ ਹੀ ਕਿਹਾ ਵੱਡਾ ਪੁਰਖ ਪ੍ਰਗਟਿਆ। ਇਹ ਪਰਮੇਸ਼ਰ ਆਪ ਦੁਨੀਆ 'ਤੇ ਪ੍ਰਗਟ ਹੋਇਆ, ਇਹਦੇ ਵਰਗਾ ਕੋਈ ਦੂਸਰਾ ਨਹੀਂ ਹੈ। ਗੁਰੂ ਨਾਨਕ ਸਾਹਿਬ ਬੜੇ ਵੱਡੇ ਨੇ। ਉਹਨਾਂ ਦਾ ਧਰਮ ਇਹ ਸਿੱਖ ਧਰਮ ਵੀ ਬੜਾ ਵਿਸ਼ਾਲ ਹੈ, ਜਿਹੜਾ ਮਰਜ਼ੀ ਇਸ ਧਰਮ ਵਿੱਚ ਆ ਸਕਦਾ ਹੈ। ਗੁਰੂ ਨਾਨਕ ਸਾਹਿਬ ਇਸ ਕਰਕੇ ਵੱਡੇ ਨੇ, ਉਹਨਾਂ ਦੀ ਧਰਮਸ਼ਾਲਾ ਗੁਰਧਾਮ ਉਹ ਬੜਾ ਮਹਾਨ ਹੈ, ਵੱਡਾ ਹੈ, ਜਿੱਥੇ ਸਾਰੇ ਸਮਾ ਸਕਦੇ ਨੇ। ਕੋਈ ਵਰਣ ਵੰਡ ਦਾ ਵਿਤਕਰਾ ਨਹੀਂ, ਕੋਈ ਜਾਤ ਪਾਤ ਦਾ ਊਚ ਨੀਚ ਦਾ ਵਿਤਕਰਾ ਨਹੀਂ ਉੱਥੇ। ਗੁਰੂ ਨਾਨਕ ਦਾ ਲੰਗਰ ਬੜਾ ਵੱਡਾ ਹੈ, ਬਿਨਾਂ ਕਿਸੇ ਵਿਦਕਰੇ ਤੋਂ ਜਿਹੜਾ ਚਾਹੇ ਤਨ ਦੀ ਖੁਰਾਕ ਲੈ ਸਕਦਾ ਹੈ ਲੰਗਰ ਵਿੱਚ, ਅਤੇ ਮਨ ਦੀ ਖੁਰਾਕ ਗੁਰੂ ਦੀ ਗੋਦ ਵਿੱਚ ਆ ਕੇ ਜਿਹੜਾ ਚਾਹੇ ਲੈ ਸਕਦਾ ਹੈ। ਗੁਰੂ ਨਾਨਕ ਸਾਹਿਬ ਦੀ ਵਡਿਆਈ ਵੱਡੀ ਹੈ, ਗੁਰੂ ਨਾਨਕ ਸਾਹਿਬ ਦੀ ਅਜ਼ਮਤ ਵੱਡੀ ਹੈ। ਇੱਕ ਵਿਦਵਾਨ ਹੋਇਆ ਹੈ ਮੁੰਤਜ਼ਰ ਗੁਜਰਾਂ ਵਾਲੀ, ਉਹ ਉਰਦੂ ਦੇ ਵਿੱਚ, ਉਸ ਵਿਦਵਾਨ ਨੇ ਗੁਰੂ ਨਾਨਕ ਦੇ ਬਾਬਤ ਇੱਕ ਬਚਨ ਕਿਹਾ, ਧਿਆਨ ਦਿਓ। ਕਹਿੰਦੇ ਤੂੰ ਉਹ ਕਾਬਾ ਹੈ, ਤੂੰ ਉਹ ਕਾਬਾ ਹੈ ਕਿ ਕਾਬਾ ਨੇ ਕੀਆ ਤੇਰਾ ਤਵਾਫ, ਤੂੰ ਉਹ ਕਾਬਾ ਹੈ ਕਿ ਕਾਬਾ ਨੇ ਕੀਆ ਤੇਰਾ ਤਵਾਫ, ਜ਼ਾਹਿਰ ਹੋ ਬਾਤਨ ਤੇਰਾ, ਜ਼ਾਹਿਰੋ ਬਾਤਨ ਤੇਰਾ ਮਾਨਿੰਦੇ ਆਈਨਾ ਸਾਫ। ਐ ਗੁਰੂ ਨਾਨਕ, ਲੋਕ ਕਾਬੇ ਦੀ ਪਰਿਕਰਮਾ ਕਰਦੇ ਨੇ, ਜ਼ਿਆਰਤ ਕਰਦੇ ਨੇ, ਯਾਤਰਾ ਕਰਦੇ ਨੇ। ਤਵਾਫ ਅਰਬੀ ਦਾ ਲਫ਼ਜ਼ ਹੈ, ਮਤਲਬ ਹੁੰਦਾ ਪਰਿਕਰਮਾ ਕਰਨੀ। ਮੁੰਤਜ਼ਿਰ ਕਹਿੰਦਾ ਹੈ ਵੀ ਗੁਰੂ ਨਾਨਕ ਲੋਕ ਕਾਬੇ ਦੀ ਜ਼ਿਆਰਤ ਨੂੰ ਜਾਂਦੇ ਨੇ, ਤਵਾਫ ਕਰਦੇ ਨੇ, ਕਾਬੇ ਦੀ ਪਰਿਕਰਮਾ ਕਰਦੇ ਨੇ। ਤੂੰ ਉਹ ਤੀਰਥ ਹੈ, ਤੂੰ ਇਤਨਾ ਮਹਾਨ ਤੀਰਥ ਹੈ, ਤੇਰਾ ਮਰਾਤਬਾ ਇੰਨਾ ਉੱਚਾ ਹੈ, ਤੇਰੀ ਬਰਕਤ ਇੰਨੀ ਉੱਚੀ ਹੈ, ਤੇਰੀ ਅਜ਼ਮਤ ਇੰਨੀ ਉੱਚੀ ਹੈ, ਲੋਕ ਕਾਬੇ ਦੀ ਪਰਿਕਰਮਾ ਕਰਨ ਤੇ ਕਾਬਾ ਤੇਰੀ ਪਰਿਕਰਮਾ ਕਰਦਾ ਹੈ, ਕਾਬਾ ਤੇਰੇ ਚਰਨਾਂ ਨਾਲ ਘੁੰਮਦਾ ਹੈ, ਕਾਬਾ ਤੇਰੀ ਜ਼ਿਆਰਤ ਕਰਦਾ ਹੈ, ਕਾਬਾ ਤੇਰੇ ਇਰਦ ਗਿਰਦ ਘੁੰਮਦਾ ਹੈ। ਐਸੇ ਕਈ ਤੀਰਥ ਬੇਕਰਾਰ ਰਹਿੰਦੇ ਨੇ ਤੇਰੇ ਪਰਿਕਰਮਾ ਕਰਨ ਦੇ ਲਈ। ਗੁਰੂ ਨਾਨਕ ਏਡਾ ਵੱਡਾ ਹੈ, ਸਾਫ਼ ਕਿਹਾ ਭਾਈ ਗੁਰਦਾਸ ਨੇ। ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਸ਼, ਕੂਜਾ ਬਾਂਗ ਮੁਸੱਲਾ ਧਾਰੀ। ਅੱਗੇ ਕੀ ਕਹਿੰਦੇ ਨੇ, ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਇੱਥੇ ਗੁਰੂ ਨਾਨਕ ਸਾਹਿਬ ਕੋਈ ਇਸਲਾਮ ਨੂੰ ਨੀਵਾਂ ਦਿਖਾਉਣ ਨਹੀਂ ਗਏ। ਗੁਰੂ ਨਾਨਕ ਸਾਹਿਬ ਨੇ ਜੀਵਨਕਾਰੀ ਨੂੰ ਇਹ ਸਮਝਾਇਆ ਸੀ ਵੀ ਤੁਸੀਂ ਇਹ ਨਾ ਆਖੋ ਵੀ ਖੁਦਾ ਇਕੱਲਾ ਪੱਛਮ ਵਿੱਚ ਹੀ ਹੈ। ਠੀਕ ਹੈ, ਕਾਬਾ ਉਹਦਾ ਘਰ ਹੈ, ਪਰ ਬਾਕੀ ਤਿੰਨ ਦਿਸ਼ਾਵਾਂ ਵਿੱਚ ਵੀ ਰੱਬ ਦਾ ਹੀ ਘਰ ਹੈ। ਉਹ ਕਾਬਾ ਘੁੰਮ ਗਿਆ ਜਿੱਧਰ ਨੂੰ ਜੀਵਨਕਾਰੀ ਚਰਨਾਂ ਨੂੰ ਘੜੀਸਦਾ ਹੈ। ਮਹਾਰਾਜ ਕਹਿੰਦੇ ਭਾਈ ਜਿੱਧਰ ਰੱਬ ਨਹੀਂ ਉੱਧਰ ਸਾਡੇ ਚਰਨ ਕਰ ਦਿਓ। ਉਹ ਜਿੱਧਰ ਨੂੰ ਚਰਨਾਂ ਨੂੰ ਘੜੀਸਦਾ ਹੈ ਪਾਤਸ਼ਾਹ ਦਿਆਂ, ਫਿਰਿਆ ਮੱਕਾ ਕਲਾ ਦਿਖਾਰੀ, ਹੋਏ ਹੈਰਾਨ ਕਰੇਨ ਜੋਹਾਰੀ। ਫਿਰ ਜੈ ਜੈਕਾਰ ਕਰਨ ਲੱਗੇ, ਨਮਸਕਾਰਾਂ ਕਰਨ ਲੱਗੇ। ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ ਗੁਰ ਸਮਰੱਥ
अपार गुर वडभागी दर्शन होए वड्या भागा वाला जिहड़ा गुरु दे दिदारे करे काबे ने वड्डे भाग समझे गुरु समर्थ है जो चाहे कर सकता है गुरु जो चाहे कर सकता है दुनिया ते सो सब तीरथ की महापुरुष की रहबर की पैगंबर की गुरु नानक दे चरणा विच रहण वाले ने गुरु नानक नालों वड्डा कोई दुनिया ते नहीं है ता ही ते भट्टा ने बाणी विच लिखिया है गावो गुण परम गुरु सुख सागर दुरत निवारण शब्द सरे उस गुरु नानक नूं गाओ जिहदे अगे सब तीर्थ झुकण लई तैयार ने गावह गंभीर धीर मत सागर जोगी जंगम ध्यान धरे गावह इंद्राद भगत प्रहलादक आत्म रस जिन जाण्यो कब कल सुजस गावो गुरु नानक राज जोग जिन माण्यो गुरु ग्रंथ साहिब पातशाह कहिंदे ने गुरु नानक एडा वड्डा है लोक ते गाउंदे ही ने देवत्यां चों जिहड़ा महान है इंद्र देवत्यां दा राजा ਉਹ ਜਿਹੜਾ ਇੰਦਰ ਹੈ ਉਹ ਵੀ ਗੁਰੂ ਨਾਨਕ ਦੇ ਹੀ ਗੁਣ ਗਾਉਂਦਾ ਹੈ ਕਹਿੰਦੇ ਆ ਕਲਯੁਗ ਦੇ ਲੋਕੋ ਭਲਾ ਚਾਹੁੰਦੇ ਹੋ ਤੇ ਗੁਰੂ ਨਾਨਕ ਦੇ ਗੁਣ ਗਾਓ ਜਿਹੜਾ ਰਾਜ ਯੋਗ ਦਾ ਮਾਲਕ ਹੈ ਗੁਰੂ ਨਾਨਕ ਸਾਹਿਬ ਨੂੰ ਦੁਨੀਆਂ ਤੇ ਆਉਣਾ ਕਿਉਂ ਪਿਆ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਲਿਖਿਆ ਹੈ ਕਹਿੰਦੇ ਧਾਰਮਿਕ ਤੌਰ ਤੇ ਲੋਕਾਂ ਦਾ ਪਤਨ ਹੋ ਚੁੱਕਿਆ ਸੀ ਲੋਕ ਧਰਮ ਤੋਂ ਦੂਰ ਜਾ ਚੁੱਕੇ ਸਨ ਕਰਮ ਇਹਨਾਂ ਦਾ ਭ੍ਰਿਸ਼ਟ ਹੋ ਚੁੱਕਿਆ ਸੀ ਕਰਮ ਭ੍ਰਿਸ਼ਟ ਸਭ ਭਈ ਲੋਕਾਈ ਭਾਈ ਗੁਰਦਾਸ ਕਹਿੰਦੇ ਕਰਮ ਭ੍ਰਿਸ਼ਟ ਹੋ ਗਿਆ ਸੱਚ ਨਹੀਂ ਸੀ ਬੋਲਦੇ ਮੁਰਦਾਰ ਖਾਂਦੇ ਸਨ ਗੈਰਾਂ ਦਾ ਹੱਕ ਖਾਂਦੇ ਸਨ ਜ਼ੁਲਮੋ ਸਤਮ ਢਾਉਂਦੇ ਸਨ ਫਰੇਬ ਝੂਠ ਠੱਗੀ ਯਾਰੀ ਇਹ ਲੋਕਾਂ ਦਾ ਕਾਰ ਵਿਵਹਾਰ ਸੀ ਰਾਜਿਆਂ ਨੇ ਰੱਖਣਾ ਸੀ ਵਾੜ ਨੇ ਖੇਤ ਨੂੰ ਰੱਖਣਾ ਸੀ ਤੇ ਵਾੜ ਹੀ ਖੇਤ ਨੂੰ ਖਾਂਦੀ ਸੀ ਰਾਜੇ ਹੀ ਲੋਕਾਂ ਨੂੰ ਖਾਣ ਲੱਗ ਪਏ ਸਨ ਜਦੋਂ ਸੰਸਾਰ ਭ੍ਰਿਸ਼ਟ ਹੋ ਗਿਆ ਨਾ ਭਾਈ ਗੁਰਦਾਸ ਕਹਿੰਦੇ ਧਰਮ ਪਤਨ ਹੋ ਗਿਆ ਰਾਜ ਸੀ ਧੱਕਾ ਵੱਧ ਗਿਆ ਬੜਾ ਸੁੰਦਰ ਉਸ ਮਹਾਂਪੁਰਸ਼ ਨੇ ਕਿਹਾ ਕਹਿੰਦੇ ਭਏ ਬੇਅਦਲੀ ਪਾਤਸ਼ਾਹ ਕਲ ਕਾਤੀ ਉਮਰਾ ਕਸਾਈ ਉਮਰਾਵ ਜਿਹੜੇ ਕਸਾਈਆਂ ਵਾਂਗੂ ਹੋ ਗਏ ਲੋਕਾਂ ਦਾ ਹੱਕ ਬਚਾਉਣਾ ਸੀ ਲੋਕਾਂ ਦਾ ਹੱਕ ਖਾਣ ਲੱਗ ਪਏ ਅੱਜ ਕੱਲ੍ਹ ਵੀ ਲੀਡਰ ਲੈਂਦੇ ਨਾ ਵੱਢੀ ਲੈਂਦੇ ਵੱਢੀ ਰਾਜੇ ਲੈਣ ਲੱਗ ਪਏ ਜਾਨ ਮਾਲ ਦੀ ਹਿਫਾਜ਼ਤ ਕਰਨੀ ਹੈ ਰਾਜੇ ਨੇ ਰਾਜੇ ਦਾ ਫਰਜ਼ ਹੈ ਆਪਣੀ ਪ੍ਰਜਾ ਦੀ ਰੱਖਿਆ ਕਰਦਾ ਹੈ ਅੱਜ ਕੱਲ੍ਹ ਉਲਟਾ ਚੱਲਦਾ ਹੈ ਪਹਿਰਾ ਰਾਜੇ ਖਾਂਦੇ ਨੇ ਪ੍ਰਜਾ ਨੂੰ ਜਦੋਂ ਰਾਜੇ ਪ੍ਰਜਾ ਨੂੰ ਖਾਣ ਲੱਗ ਪਏ ਜਿਹੜੇ ਪਾਤਸ਼ਾਹ ਸੀ ਬੇਅਦਲੀ ਅਨਿਆਈ ਹੋ ਗਏ ਪਾਪ ਕਮਾਉਣ ਲੱਗ ਪਏ ਜਦੋਂ ਨਿਆਂ ਕਰਨਾ ਛੱਡ ਦਿੱਤਾ ਉਸ ਸਮੇਂ ਫਿਰ ਧਰਤੀ 'ਤੇ ਜਦੋਂ ਪਾਪ ਵਧਿਆ ਅਗਿਆਨ ਵਧਿਆ ਪਰਮੇਸ਼ਰ ਤੋਂ ਬਿਨਾਂ ਲੋਕ ਅਗਿਆਨਤਾ ਵਿੱਚ ਪਾਪ ਵਿੱਚ ਵਿਕਾਰਾਂ ਵਿੱਚ ਕਾਮ ਕ੍ਰੋਧ ਲੋਭ ਦੇ ਵਿੱਚ ਡੂੰਘੇ ਗੱਡੇ ਗਏ ਡੁੱਬ ਗਏ ਅਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਜ ਗੁਰੂ ਡੁੱਬਾ ਜੱਗ ਸਾਰਾ ਦੁਨੀਆ ਵਿਕਾਰਾਂ ਵਿੱਚ ਪਾਪਾਂ ਵਿੱਚ ਡੁੱਬੀ ਦੁੱਖਾਂ ਵਿੱਚ ਡੁੱਬ ਗਈ ਹੁਣ ਪਾਪ ਵੀ ਇੰਨੇ ਨੇ ਵੀ ਅਵਤਾਰਾਂ ਦੇ ਆਇਆਂ ਗੱਲ ਨਹੀਂ ਸੀ ਬਣਨੀ ਕੁਝ ਰੰਚਕ ਮਾਤਰ ਕਰਾਮਾਤਾਂ ਲੈ ਕੇ ਆਇਆਂ ਗੱਲ ਨਹੀਂ ਸੀ ਬਣਨੀ ਗੁਰੂ ਨਾਨਕ ਸਾਹਿਬ ਪਰਮਾਤਮਾ ਆਪ ਦੁਨੀਆ ਤੇ ਬਣ ਕੇ ਆਏ ਇਸ ਦੁੱਖਾਂ ਲੱਦੇ ਮਾਹੌਲ ਦੇ ਵਿੱਚ ਲੋਕਾਈ ਦੀ ਪੁਕਾਰ ਤੇ ਅਕਾਲ ਪੁਰਖ ਪਰਮਾਤਮਾ ਆਪ ਦੁਨੀਆ ਦੇ ਉੱਤੇ ਆਇਆ ਭਾਈ ਗੁਰਦਾਸ ਕਹਿੰਦੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਗੁਰੂ ਗ੍ਰੰਥ ਸਾਹਿਬ ਵੀ ਇਹੀ ਕਹਿੰਦੇ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਗੁਰੂ ਨਾਨਕ ਸਾਹਿਬ ਪਰਮੇਸ਼ਰ ਦੇ ਸਰਗੁਣ ਸਰੂਪ ਨੇ ਪਰਮਾਤਮਾ ਆਪ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ ਔਰ ਰਹੀ ਗੱਲ ਉਹਦੀ ਜੈ ਜੈਕਾਰ ਦੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹਰ ਘੱਟ ਵਿੱਚ ਹਰ ਜ਼ਿਹਨ ਵਿੱਚ ਉਹਦੀ ਹਰ ਧਰਮ ਦੇ ਵਿੱਚ ਕੀਰਤੀ ਹੈ ਜੈ ਜੈਕਾਰ ਹੈ ਜਿੱਥੇ ਕਾਬੇ ਦੇ ਕਾਜ਼ੀਆਂ ਨੇ ਸਿਰ ਝੁਕਾਏ ਉੱਥੇ ਹਰਿਦੁਆਰ ਦੇ ਪੰਡਤਾਂ ਨੇ ਵੀ ਸਿਰ ਝੁਕਾਏ ਬੜਾ ਸੁੰਦਰ ਗੁਰੂ ਗ੍ਰੰਥ ਸਾਹਿਬ ਦਾ ਫੁਰਮਾਨ ਹੈ ਕਬ ਕਲ ਸੁਜਸ ਨਾਨਕ ਗੁਰ ਘੱਟ ਘੱਟ ਸਹਿਜ ਸਮਾਇਓ ਹਰ ਹਿਰਦੇ ਵਿੱਚ ਉਹਦੀ ਜੈ ਜੈਕਾਰ ਸਮਾਈ ਹੋਈ ਹੈ
अच्छा एक विद्वान होया है उर्दू दा, उदा नाम सी श्री मेला राम वफा। उन्हें एक बचन लिखिया है, केंदा गुरु तेरी अजमत नू आया, गुरु तेरी आलमगीर अजमत नू, तेरी शक्ति नू, तेरी करामात नू सारे ही सजदा करदे ने। तू ऐसा महान पैगंबर है, तेरे अगे सारी लुकाई झुकदी है, तेरे वर्गी अजमत नहीं किसे कोल। कहिंदा तुझे सारा जहां पैगंबर तौहीद कहता है, तैनू सारे अजमत ही कहिंदे ने, आलमगीर कहिंदे ने, महान पैगंबर कहिंदे ने। तुझे सारा जहां पैगंबर तौहीद कहता है, तेरी अजमत से हो सकता नहीं कोई भी इनकारी। कहिंदा तेरी अजमत तो कोई इनकारी नहीं हो सकता, भी गुरु नानक विच शक्ति है नहीं, करामात है नहीं। जेड़ा होवेगा वह गाफल है, वह मनमुख है, उन्हूं इन्नी समझ ही नहीं। गुरु ग्रंथ साहब ने साफ किया भी वह कला नाल भरिया है, दुनिया में प्रगट है आप नारायण। कलाधार जग में परवर एवें नहीं काबा घूमया, वो अजमता नाल भरिया है। प्रगट सगल हर भवन मह जन नानक गुर, पार ब्रह्म समुची कायनात अंदर ओदी अजमत प्रगट हो चुकी है। ऐसे मेरे गुरु नानक साहब 1526 बिक्रमी संमत राय भोए की तलवंडी विखे प्रकाश उन्हां दा हुंदा है। माता तृप्ता जी दे हिरदे विच प्रगट होए ने, बाबा महिता कालू चंद जी दी गोद विच खेडे ने, माता नानकी दे ओ वीर ने। ऐसे गुरु नानक साहब दा दुनिया ते आगाज होया, दुनिया ते आउणा होया। जिवें सिख जगत अंदर सब तो विस्तार पूर्वक इसका इतिहास कवि संतोख सिंह जी दी कलम ने लिखिया है, नानक प्रकाश अते सूरज प्रकाश। एक महान इतिहासक ग्रंथ होर भी है, महिमा प्रकाश, 18वीं सदी का बड़ा महत्वपूर्ण ये साहित्यक स्रोत है साढ़े लिए। इतिहासक ग्रंथ ना होने सानू पता ही नहीं है दस पातशाहियां दे आगाज का, कित्थे होया, पिंड केड़ा है, परिवार केड़ा है, कदों गए, ज्योति जोत समाए, कैसे कौतक ने, ये इतिहासकारां ने लिखे ने। अच्छा जिहड़ा महिमा प्रकाश है, दो रचनावां ने, महिमा प्रकाश के नां दीआं दो रचनावां ने। पहली बाबा कृपाल दास भल्ला जी ने 1800 बिक्रमी दे विच लिखी है, जो वारतक है, काव्य रचना नहीं है। दूसरा 1833 बिक्रमी संमत दे विच बाबा सरूप दास भल्ला जी ने महिमा प्रकाश लिखिया, जिहड़ा काव्य रचना विच है, दसां पातशाहियां दा इतिहास ते बंदा सिंह बहादुर दी इक साखी है उहदे विच। हां कवि संतोख सिंह महाराज वर्गा विस्तार ते नहीं है, पर बेअंत साखियां मिलणगीआं। उत्थे जिक्र आउंदा है दस अष्ट सहस्र बिक्रम संमत अधिक 33, बिक्रम संमत अधिक 33, स्वरूप दास सतगुर कही महिमा प्रकाश बख्शीश। स्वरूप दास भल्ले ने गुरु अमरदास महाराज के परिवार चो सी, गुरु नानक साहब की वड्याई उन्हें कुछ लिखी है। गोइंदवाल साहब इस महापुरश का जन्म होया सी, उन्हें भी गुरु नानक साहब न सब ते वड्डा परमात्मा स्वरूप दर्शाया है, उन्हें भी कौतक गायन किए ने। गुरु नानक कहिंदे सुख देण वाला है, कहिंदे जिथे उहदे सामने हिंदू लोग झुके उथे उहदे सामने राय बुलार वर्गे 5 वगदे नमाजी कट्टड़ मुसलमान भी झुके। गुरु नानक साहब एडी पहुँच दे मालक ने, नानक जी जाना वह लिखते ने, नानक जी जाना वली पछाना, नानक जी जाना वली पछाना, अत मन माना गुण गाए, अत मन माना गुण गाए, भया राय सुभागा, भया राय सुभागा, कदमन लागा अत अनुरागा मन माना। कहिंदे गुरु नानक दे गुण राय बुलार वर्गे मुसलमाना भी गाए, ते जिसने भी गुण गाए ने, जिसने भी गुरु नानक दी वड्याई कीती है उसनू मिलदा की है।
उसनू मिलदा की है, जिहड़ा परसेगा गुरु नानक नूं, जिहड़ा गुण गावेगा, दर्शन करेगा, गुणा नूं सुनेगा। गुरु नानक जिन सुनिया पेखिया से फिर गरबासना, परे आ रहे हो 84 लाख तो मुक्त, वो विकारा तो मुक्त, वो दुखा तो मुक्त हो जाता है जिन्हें गुरु नानक नूं जपिया है। कवि संतोख सिंह भी लिखते राय बुलार उहदे कौतक वेख के झुकिया सी। कवि संतोख सिंह कहिंदे भी एक दिन डंगर चारन गए महाराज। अच्छा डंगर चारन किहनूं घल्लदे मापे जिहड़ा होर कोई काम ना करे, भी इहनूं पढ़न घल्लिया। यह गोपाल पांधे नूं पढ़ा के आ गया, उहनूं पढ़ा नहीं कोई सकदा गुरु नानक साहिब नूं, उहदा कारण है पढ़ा हो सकदा जिहड़ा ज्ञान विच वड्डा होवे, पर इत्थे की है सब ते वड्डा सतगुर नानक जिन कल राखी मेरी। गुरु नानक तों वड्डा होवे कोई ते पढ़ावे, कहिंदे इहनूं पढ़न भेजिआ है उह नहीं पढ़िआ, इहनूं 20 रुपये दित्ते भी जा बिजनेस चला कारोबार चला, ते जे कोई नफा होवेगा तो पैसे वध ला देवांगे, वपार विच कम चल पवेगा। नाल दाना परदाना भाई बाला घल्लिआ, इहने उह वी 20 रुपये भुखे साधां नूं छका दित्ते, ना पढ़िआ ना इन्हें कोई कारोबार चलाया। इनू हुण डंगर चार नहीं घल दिया करिए, वह तो चार लिया करेगा, पिंडां दे डंगर चार उहनू घल दे जिहड़ा कोई काम ना करे। पर जिहड़ा कर्म गुरु नानक साहिब करन आए सी उह अगे किसे ने कीता ही नहीं सी। भूले मार्ग जिन्हें बताया ऐसा गुरवड भागी पाया, कौडे वर्गिया नू संत बना छड्डिया उसने, सज्जन ठग वर्गिया नू सतपुरश बना छड्डिया है। गुरु नानक साहब डंगर चारन गए ते रुख दे थले लेटे सन, छाया बदल गई, छाया पलट गई, चेहरे ते धुप पैंदी है ते एक फनी अरसा पा। उन्हें गुरु नानक साहब सच्चे पातशाह दे मुबारक उस पाक सीस दे उते फन खिलार लिया। वेखण नूं लगदा भी डंगण लगा है जां डंग चुका है। उन्हें फन खिलारिया, छां कीती ते राए बुलार सिपाहियां समेत उथों लंघ रिहा सी कोल दी। कहिंदे बहरो तीन प्रदर्शना दीनी, सीस दिशा निज स्थित कीनी, हेत छाओं के फन विस्थारा। कवि संतोख सिंह लिखदे हेत छाओं के फन विस्तारा, अत उजल जिव सुरसर धारा। वह सप कोल दी लंघ रहा सी, उन्हें वेख्या मुबारक सीस उत्ते चेहरे उत्ते धुप पै रही है, तो वह फन कलार के खलो गया। दीन दुनिया के मालक गुरु नानक साहब लेटे सन, उधरों राय बुलार आ रहा है। राय विचारत उर भर दया, तरसाया राए बुलार नूं देख के भी एक बालक लेटिया है रुख थले, ते चेहरे दे पास सप फन खिलारी खलोता है। मतलब साफ है भी डंग चुकिया है ते ए मोया पिया है बच्चा, उन्हूं दया आ गई। राए विचारत उर पर दया, बारक मरियो तां पन्नग खया, ए मर गया है, इहनूं सप खा गया है, डंग लिया है। ते जे कहिंदा इन्हें फन खिलार के छां कीती होई ना, ते फिर मतलब साफ है जे जीवत एहो को अवतारी, जे जीवत एहो को अवतारी सर्प स्वेत जह सेवाकारी, जे जिउंदा होया ते सप ने इहदे सीस ते छां कीती होई, मतलब साफ है ये अवतारी पुरश है जिहदी सेवा दे विच मनुख की, मनुख जात की 84 लाख जून सेवा करन लई तत्पर रहिंदी है। समुचा ब्रह्मांड उहनूं सिजदा करदा है, जां इह कोई अवतारी पुरश है। जदों नेड़े होया ना आवाज दित्ती, जदों नेड़े होया आवाज दित्ती ते उह आवाज नाल पैर दे खड़ाक नाल सप दौड़ गया। गुरु नानक साहिब उठ पए, ते जदों पातशाह उठ के बह गए खेड़े विच चौंकड़ा मार के बैठे ने, फिर राय बुलार दी वैराग विच जुबान रुक गई, कदम चले जुबान नहीं चली। फिर
ਕਦਮ ਚੱਲੇ ਤੇ ਜਾ ਕੇ ਗੁਰੂ ਨਾਨਕ ਸਾਹਿਬ ਦੇ ਅੱਗੇ ਉਸ ਰਾਏ ਬੁਲਾਰ ਨੇ ਡੰਡੌਤ ਕੀਤੀ, ਸਿਜਦਾ ਕੀਤਾ, ਜਿਹੜਾ ਪੱਛਮ ਦਿਸ਼ਾ ਤੋਂ ਲਹਿਦਾ ਕਦੇ ਸਜਦਾ ਨਹੀਂ ਸੀ ਕਰਦਾ, ਜਿਹੜਾ ਕਾਬੇ ਦੀ ਦਿਸ਼ਾ ਤੋਂ ਲਹਿਦਾ ਕਦੇ ਸੀਸ ਨਹੀਂ ਸੀ ਝੁਕਾਉਂਦਾ, ਅੱਜ ਗੁਰੂ ਨਾਨਕ ਨੂੰ ਵਲੀ ਅੱਲਾ ਦਾ ਅਵਤਾਰ ਸਮਝ ਕੇ ਸਿਜਦਾ ਕੀਤਾ ਹੈ। ਉਸਨੇ ਉਹ ਝੁੱਕ ਗਿਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ। ਪਰਮੇਸ਼ਰ ਸਮ ਜਾਣ ਸੋ ਜਾਣਾ, ਮਨ ਕਰ ਬੰਦ ਹੈ ਪਦ ਰਾਜਾਨਾ, ਰਾਜੇ ਨੇ ਪਰਮੇਸ਼ਰ ਸਮ ਸਮਝ ਕੇ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕੀਤੀ ਔਰ ਵੈਰਾਗ ਦੇ ਵਿੱਚ ਕਹਿੰਦੇ ਰੋਕਿਓ ਕੰਠ ਭਰਪੂਰਨ ਪ੍ਰੇਮਾ, ਰੋਕਿਓ ਕੰਠ ਭਰਪੂਰਨ ਪ੍ਰੇਮਾ, ਬੋਲ ਨਾ ਸਕਿਓ ਉਚੁੱਤ ਭਾ ਖੇਮਾ, ਬੋਲ ਨਾ ਸਕਿਆ ਕੰਠ ਰੁਕ ਗਿਆ ਉਹਦਾ, ਵੈਰਾਗ ਵਿੱਚ ਆ ਗਿਆ, ਵਲੀ ਅੱਲਾ ਦਾ ਅਵਤਾਰ ਸਮਝ ਕੇ ਸਿਜਦਾ ਕੀਤਾ।